ਯੂਕੇ ਵੀਜ਼ਾ ਦੇ ਰਿਹਾ, ਵਰਕ ਪਰਮਿਟ ਓਪਨ ਦੇ ਰਿਹਾ ਜੀ, ਆਹ ਫਾਰਮ ਭਰ ਦਿਉ, ਉਹ ਭਰ ਦਿਉ, ਇੱਦਾਂ ਕਰ ਦਿਉ, ਉੱਦਾਂ ਕਰ ਦਿਉ। ਪਹੁੰਚ ਗਏ ਜੀ ਯੂਕੇ, ਯੂਕੇ ਜਾ ਕੇ ਪੌਂਡ ਬਣਾ ਲਏ ਜੀ ਆਪਾਂ, ਮਹੀਨੇ ਦੇ 3-4 ਹਜ਼ਾਰ ਪੌਂਡ ਛਾਪ ਲਿਆ। ਸੋ ਇਹ ਵਹਿਮ ਆ ਤੁਹਾਡੇ ਅੰਦਰ ਕਿ ਤੁਸੀਂ ਯੂਕੇ ਜਾਓਗੇ, ਕਿਸੇ ਵੀ ਸਟੇਟਸ ਦੇ ਉੱਤੇ ਜਾ ਕੇ ਤੁਸੀਂ ਬਹੁਤ ਸੌਖੇ ਤਰੀਕੇ ਨਾਲ ਪੈਸੇ ਕਮਾ ਲਓਗੇ। ਯੂਕੇ 'ਚ ਇੰਨਾ ਈਜ਼ੀ ਨਹੀਂ ਹੈਗਾ। ਸੋ ਇਹ ਵੀਡੀਓ ਆ ਯੂਕੇ ਦੇ ਟੂਰਿਸਟ ਅਤੇ ਵਿਜ਼ਟਰ ਵੀਜ਼ੇ ਬਾਰੇ। ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ, ਇੱਥੇ ਰਚੋ ਫੈਸਲਾਬਾਦ, ਵੈਲਕਮ ਬੈਕ ਟੂ ਦਾ ਨਿਊ ਵੀਡੀਓ। ਅਤੇ ਬਹੁਤ ਸਾਰੇ ਦੋਸਤ ਮਿੱਤਰ ਯੂਕੇ ਜਾਣ ਦੇ ਚਾਹਵਾਨ ਹੁੰਦੇ ਆ, ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਦੋਸਤ ਮਿੱਤਰ ਭੈਣ ਭਰਾ ਸਕੇ ਸੰਬੰਧੀ ਉੱਥੇ ਰਹਿੰਦੇ ਆ, ਜਿਹੜੇ ਉਹ ਉਹਨਾਂ ਨੂੰ ਵਿਜ਼ਟਰ ਵੀਜ਼ੇ 'ਤੇ ਬੁਲਾ ਸਕਦੇ ਆ, ਅਤੇ ਜਿਹੜੇ ਬਾਕੀ ਰਹਿ ਗਏ ਮੇਰੇ ਵਰਗੇ ਮਲੰਗ ਉਹ ਟੂਰਿਸਟ ਵੀਜ਼ੇ 'ਤੇ ਜਾ ਸਕਦੇ ਆ, ਕਿਉਂਕਿ ਆਪਾਂ ਵੀ ਟੂਰਿਸਟ ਵੀਜ਼ੇ 'ਤੇ ਯੂਕੇ 2 ਵਾਰੀ ਟਰੈਵਲ ਕੀਤਾ, ਤਾਂ ਤੁਸੀਂ ਵੀ ਕਰ ਸਕਦੇ ਹੋ। ਬਸ ਉਹੀ ਫਿਰ ਮੁੜ ਕੇ ਹਰ ਵੀਡੀਓ ਦੇ ਵਿੱਚ ਵਾਰ ਵਾਰ ਮੈਨੂੰ ਇੱਕੋ ਹੀ ਚੀਜ਼ ਦੱਸਣੀ ਪੈਂਦੀ ਹੈ ਵੀ ਗਿਣਤੀ ਦੇ ਉਹੀ 3-4 ਡਾਕੂਮੈਂਟ ਹੁੰਦੇ ਆ, ਵੀ ਤੁਹਾਡਾ ਪਾਸਪੋਰਟ, ਤੁਹਾਡੇ ਜੋਬ ਜਾਂ ਬਿਜ਼ਨਸ ਦੇ ਪਰੂਫ, ਤੁਹਾਡੀ ਬੈਂਕ ਸਟੇਟਮੈਂਟ, ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਇਨਕਮ ਟੈਕਸ ਰਿਟਰਨ, ਇਹੀ ਚੀਜ਼ਾਂ ਨੇ, ਹੋਰ ਕੁਛ ਨਹੀਂ ਹੁੰਦਾ। ਜੇਕਰ ਸੀ ਏਅਰਪੋਰਟ ਲਾਉਣੀ ਆ ਤੁਹਾਡੀ ਮਰਜ਼ੀ, ਜੇਕਰ ਨਹੀਂ ਲਾਉਣੀ ਉਹ ਵੀ ਤੁਹਾਡੀ ਮਰਜ਼ੀ ਆ ਜੀ। ਸੋ ਅੱਗੇ ਆਪਾਂ ਗੱਲ ਕਰਦੇ ਹਾਂ ਵੀ ਯੂਕੇ ਦਾ ਵੀਜ਼ਾ ਲੈਣਾ ਕਿੰਨਾ ਔਖਾ ਆ। ਅੱਜ ਦੀ ਡੇਟ ਦੇ ਵਿੱਚ ਯੂਕੇ ਦਾ ਵੀਜ਼ਾ ਲੈਣਾ ਇੰਨਾ ਟਫ ਨਹੀਂ ਹੈਗਾ ਜਿੰਨਾ ਅੱਗੇ ਹੁੰਦਾ ਸੀ। ਹਾਂ, ਜੇਕਰ ਤੁਹਾਡੇ ਕੋਲ ਡਾਕੂਮੈਂਟ ਹੈਗੇ ਆ, ਤੁਹਾਡੇ ਕੋਲ ਫੰਡ 3-4 ਲੱਖ ਰੁਪਇਆ ਵੀ ਹੈਗਾ, ਤਾਂ ਤੁਸੀਂ ਇਸ ਚੀਜ਼ ਨੂੰ ਪੂਰਾ ਕਰ ਸਕਦੇ ਹੋ, ਕਿਉਂਕਿ ਸਿਰਫ ਯੂਕੇ ਜਸਟੀਫਿਕੇਸ਼ਨ ਮੰਗਦਾ ਵੀ ਤੁਹਾਡਾ ਸੋਰਸ ਆਫ ਇਨਕਮ ਕੀ ਆ, ਤੁਸੀਂ ਸਾਲ 'ਚ ਕਿੰਨੇ ਪੈਸੇ ਕਮਾ ਸਕਦੇ ਹੋ, ਕਿੰਨੇ ਖਰਚਦੇ ਹੋ, ਠੀਕ ਹੈ ਜੀ, ਤੁਹਾਡੀ ਬੈਂਕ ਸਟੇਟਮੈਂਟ ਕੀ ਬੋਲ ਰਹੀ ਆ, ਇਨਕਮ ਸੋਰਸ ਦੇ ਹਿਸਾਬ ਨਾਲ ਉਹ ਰਿਲੇਟ ਕਰ ਰਹੀ ਹੈ, ਤੁਹਾਡੇ ਇਨਕਮ ਟੈਕਸ ਰਿਟਰਨ ਦੇ ਹਿਸਾਬ ਨਾਲ ਉਹ ਮੈਚ ਕਰ ਰਹੀ ਹੈ ਕਿ ਨਹੀਂ ਕਰ ਰਹੀ। ਸੋ ਜਦੋਂ ਇਹ ਚੀਜ਼ਾਂ ਸਾਰੀਆਂ ਹੋ ਜਾਂਦੀਆਂ ਤਾਂ ਤੁਹਾਨੂੰ ਯੂਕੇ ਦਾ ਵੀਜ਼ਾ ਮਿਲ ਜਾਂਦਾ। ਬਹੁਤ ਸਾਰੇ ਦੋਸਤਾਂ ਮਿੱਤਰਾਂ ਨੂੰ ਨਵੀਂ ਪੇਮੈਂਟ ਪਵਾਉਣ ਤੋਂ ਬਾਅਦ ਵੀ ਵੀਜ਼ਾ ਮਿਲਿਆ, ਉਹਦਾ ਕਾਰਨ ਇਹ ਸੀ ਕਿ ਉਹਨਾਂ ਨੇ ਉਹਦੀ ਜਸਟੀਫਿਕੇਸ਼ਨ ਦਿੱਤੀ ਵੀ ਇਹ ਨਵੀਂ ਪੇਮੈਂਟ ਇਸ ਕਾਰਨ ਆਈ ਹੈ। ਸੋ ਮੈਂ ਤਾਂ ਤੁਹਾਨੂੰ ਇਹੀ ਕਹੂੰਗਾ ਵੀ ਜੇਕਰ ਤੁਸੀਂ ਯੂਕੇ ਦਾ ਵੀਜ਼ਾ ਅਪਲਾਈ ਕਰਨ ਜਾ ਰਹੇ ਹੋ ਤਾਂ ਵਧੀਆ ਗੱਲ ਆ। ਸੋ ਧਿਆਨ ਨਾਲ ਤੁਸੀਂ ਯੂਕੇ ਦਾ ਵੀਜ਼ਾ ਅਪਲਾਈ ਕਰੋ, ਯੂਕੇ ਦਾ ਵੀਜ਼ਾ ਮਿਲ ਸਕਦਾ ਆ, ਬਹੁਤ ਵਧੀਆ ਚਾਂਸ ਨੇ। ਹੁਣ ਵੀ ਬਹੁਤ ਵੀਜ਼ੇ ਆ ਰਹੇ ਆ ਜੀ, ਅਤੇ ਤੁਸੀਂ ਵੀ ਯੂਕੇ ਦਾ ਵੀਜ਼ਾ ਅਪਲਾਈ ਕਰੋ ਅਤੇ ਯੂਕੇ ਜਾਣ ਦਾ ਸੁਪਨਾ ਸਾਕਾਰ ਕਰੋ, ਅਤੇ ਐਵੇਂ 25-30-20 ਲੱਖ ਰੁਪਈਆ ਲਾ ਕੇ ਯੂਕੇ ਦੀ ਰੀਚ ਨਾ ਕਰੋ। ਉੱਥੇ ਜਾ ਕੇ ਤੁਹਾਡੇ ਪੈਸੇ ਛੇਤੀ ਪੂਰੇ ਨਹੀਂ ਹੋਣੇ, ਤੁਹਾਨੂੰ ਵੀ ਫਿਰ ਉੱਥੇ ਇਲੀਗਲ ਰਹਿਣਾ ਪੈਣਾ। ਹੁਣ ਉੱਥੇ ਹੋਰ ਨਵਾਂ ਰੂਲ ਲਾਗੂ ਹੋ ਗਿਆ, ਜੇਕਰ ਤੁਸੀਂ ਪੋਲੀਟੀਕਲ ਜਾਂ ਕੋਈ ਵੀ ਅਸਾਈਲਮ ਰਿਫਿਊਜ਼ੀ ਕਰਦੇ ਹੋ ਉੱਥੇ, ਹੈ ਨਾ, ਤਾਂ ਤੁਹਾਨੂੰ ਰਵਾਂਡਾ ਭੇਜਿਆ ਜਾਊਗਾ। ਸੋ ਇਹ ਹਜੇ ਅੱਗੇ ਜਾ ਕੇ ਕਿੰਨਾ ਕੁ ਸੱਚ ਸਾਬਤ ਹੁੰਦਾ ਹੈ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ, ਕਿਉਂਕਿ ਡੇ ਬਾਈ ਡੇ ਇਮੀਗ੍ਰੇਸ਼ਨ ਰੂਲਸ ਬਹੁਤ ਸਾਰੇ ਚੇਂਜ ਹੋ ਰਹੇ ਆ। ਸੋ ਜਿੰਨਾ ਹੋ ਸਕਦਾ ਬਚੋ, ਆਪਣੇ ਪੈਸੇ ਬਚਾਓ, ਸਹੀ ਅਤੇ ਸੁਚੱਜੇ ਢੰਗ ਨਾਲ ਜਿਹੜੇ ਦੇਸ਼ਾਂ 'ਚ ਜਾਣਾ ਚਾਹੁੰਦੇ ਹੋ ਉੱਥੇ ਜਾਓ। ਅਤੇ ਜੇਕਰ ਕੋਈ ਵੀ ਦੋਸਤ ਮਿੱਤਰ ਮੰਨ ਲਓ ਇਲੀਗਲ ਤਰੀਕੇ ਨਾਲ ਜਾ ਰਿਹਾ, ਉਹਨੂੰ ਇੱਕ ਵਾਰੀ ਮੇਰੀ ਵੀਡੀਓ ਜ਼ਰੂਰ ਦਿਖਾਇਓ ਵੀ ਆਹ ਮੁੰਡਾ ਆ, ਇਹ ਅੱਡ ਅੱਡ ਦੇਸ਼ਾਂ ਬਾਰੇ ਦੱਸਦਾ ਵੀ ਕਿਵੇਂ ਜਾਣਾ, ਕਿਹੜੇ ਡਾਕੂਮੈਂਟ ਆ ਵੀ ਜਿਹੜੇ ਵੀਜ਼ੇ ਦੇ ਲਈ ਹੈਲਪਫੁੱਲ ਹਨ। ਸੋ ਉਹ ਚੀਜ਼ਾਂ ਨੂੰ ਪੂਰੀਆਂ ਕਰਕੇ ਤੁਸੀਂ ਯੂਕੇ ਜਾ ਸਕਦੇ ਹੋ। ਸੋ ਇੱਕ ਵੀਜ਼ਾ ਆ ਜਿਹਦੀ ਕੀਮਤ ਮੰਨ ਲਓ $110 ਜਾਂ $115 ਪਾਉਂਡ ਆ, ਅਤੇ ਪਲੱਸ VFS ਚਾਰਜਸ ਆ, ਤਕਰੀਬਨ ਉਹੀ ਤੁਸੀਂ ਲਾ ਕੇ ਚੱਲੋ ਵੀ 20
20,000 ਉਹਦੀ ਫੀਸ ਜਾਂਦੀ ਆ। ਬਾਕੀ ਕੋਈ ਕੰਸਲਟਿੰਗ ਚਾਰਜਸ ਨੇ, ਹਰ ਇੱਕ ਕੰਸਲਟੈਂਟ ਦੇ ਆਪਣੇ ਆਪਣੇ ਚਾਰਜਸ ਨੇ, ਸੋ ਉਹਦੇ ਅਕੋਰਡਿੰਗ ਉਹ ਚਾਰਜ ਕਰ ਲੈਂਦੇ ਆ। ਸੋ ਤੁਸੀਂ ਇਹ ਸਾਰੀ ਚੀਜ਼ਾਂ ਪਾ ਕੇ ਵੀ ਤੁਹਾਨੂੰ ਇਹ ਵੀਜ਼ਾ ਤਕਰੀਬਨ 30-35 ਹਜ਼ਾਰ ਤੋਂ ਉੱਪਰ ਜਾਂ ਹੱਦ 40 ਹਜ਼ਾਰ ਤੋਂ ਉੱਪਰ ਨਹੀਂ ਪੈਣਾ। ਸੋ ਸੁਚੱਜੇ ਦੇ ਸਹੀ ਢੰਗ ਨਾਲ ਜਾਓ ਆਪਣੇ ਜਿਹੜੇ ਡਾਕੂਮੈਂਟ ਹੈਗੇ ਆ ਉਹਨਾਂ ਦੇ ਉੱਤੇ, ਅਤੇ ਜੇਕਰ ਕਿਸੇ ਦੀ ਰਿਫਿਊਜ਼ਲ ਵੀ ਆ ਗਈ ਤਾਂ ਉਹ ਪੈਪ ਕਰ ਸਕਦਾ, ਪ੍ਰੀ ਐਕਸ਼ਨ ਪ੍ਰੋਟੋਕੋਲ ਕਰ ਸਕਦਾ ਆ। UK ਉਹਦਾ ਚਾਂਸ ਦਿੰਦਾ ਆ, ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਪ੍ਰੀ ਐਕਸ਼ਨ ਪ੍ਰੋਟੋਕੋਲ ਦੇ ਵਿੱਚ ਕੇਸ ਕਲੀਅਰ ਹੋਏ ਆ। ਸੋ ਆਪਾਂ ਤੁਹਾਨੂੰ ਵੀ ਇਹੀ ਕਹਾਂਗੇ, ਜੇਕਰ ਰੀਸੈਂਟਲੀ ਤੁਹਾਡੀ ਵੀ ਕੋਈ ਰਿਫਿਊਜ਼ਲ ਆਈ ਆ ਤਾਂ ਤੁਸੀਂ ਪ੍ਰੀ ਐਕਸ਼ਨ ਪ੍ਰੋਟੋਕੋਲ ਅਪਲਾਈ ਕਰੋ ਅਤੇ ਉਹਦੇ ਵਿੱਚ ਤੁਸੀਂ ਸਕਸੈਸਫੁਲੀ ਹੋ ਜਾਓਗੇ, ਕਿਉਂਕਿ ਜੇਕਰ ਤੁਹਾਡੇ ਕੋਲ ਜੈਨੂਇਨ ਸਾਰੇ ਪਰੂਫ ਹੈਗੇ ਆ, ਸੋ ਉਸ ਦੇ ਆਧਾਰ ਦੇ ਉੱਤੇ ਆਪਾਂ ਪ੍ਰੀ ਐਕਸ਼ਨ ਪ੍ਰੋਟੋਕੋਲ ਪਾ ਸਕਦੇ ਹਾਂ, ਅਤੇ ਜਿਹਦੇ ਵਿੱਚ ਵੀਜ਼ਾ ਆਉਣ ਦੇ ਚਾਂਸ ਵੀ ਵੱਧ ਜਾਂਦੇ ਆ, ਕਿਉਂਕਿ ਤੁਹਾਡੀ ਫਾਈਲ ਰੀਕਨਸੀਡਰ ਕੀਤੀ ਜਾਂਦੀ ਹੈ, ਦੁਬਾਰਾ ਚੈੱਕ ਕੀਤੀ ਜਾਂਦੀ ਆ। ਸੋ ਇਹ ਸੀ ਗੱਲਾਂ ਬਾਤਾਂ UK ਦੇ ਵਿਜ਼ਟਰ ਵੀਜ਼ੇ ਬਾਰੇ, ਅਤੇ ਫਿਰ ਨਵੀਂ ਕਿਸੇ ਵੀਡੀਓ ਨੂੰ ਲੈ ਕੇ ਆਵਾਂਗੇ। ਅਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ, ਅਤੇ ਜੇਕਰ ਚੈਨਲ 'ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ। ਹਾਂ, ਜਾਂਦੇ ਹੋਏ ਇੱਕ ਹੋਰ ਬੇਨਤੀ ਵੀ, ਸਾਡਾ ਕੋਈ ਆਫਿਸ ਦਫ਼ਤਰ ਨਹੀਂ ਹੈਗੀ, ਸਾਡੀ ਕੋਈ ਬ੍ਰਾਂਚ ਨਹੀਂ ਹੈਗੀ, ਸਾਡੇ ਕੋਲ ਸਿਰਫ ਫੋਨ ਨੰਬਰ ਅਤੇ ਇੰਸਟਾਗ੍ਰਾਮ ID ਆ, ਉਹ ਇੱਥੇ ਜਾਂ ਇੱਥੇ ਤੁਹਾਨੂੰ ਦੇਖਦੀ ਹੋਊਗੀ। ਸੋ ਇਹ ਚਿਹਰਾ ਸਿਰਫ ਤੁਹਾਨੂੰ ਔਨਲਾਈਨ ਹੀ ਦਿਖੂਗਾ। ਹਾਂ ਠੀਕ ਆ, ਜੇਕਰ ਕਿਸੇ ਦੋਸਤ ਮਿੱਤਰ ਨੇ ਉਹ ਖੁਸ਼ੀਨਾਮੇ ਮਿਲਣਾ ਹੋਇਆ ਤਾਂ ਉਹ ਵੀ ਜ਼ਰੂਰ ਮਿਲਾਂਗੇ। ਸੋ ਇਹ ਵੀਡੀਓ ਇੱਥੇ ਤੱਕ ਹੀ ਸੀ, ਇਹ ਵੀਡੀਓ ਦੇਖਣ ਲਈ ਧੰਨਵਾਦ, ਫਿਰ ਕਿਸੇ ਨਵੀਂ ਵੀਡੀਓ ਵਿੱਚ ਮਿਲਾਂਗੇ। ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ, ਇੱਥੇ ਰਹੋ ਚਾਹੇ ਫੈਸਲਾਬਾਦ, ਧੰਨਵਾਦ।